ਸਸਿਆਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਨਥ ਐਸਵੀ ਹੈਲਥ ਕੇਂਟਰ ਬਨਾਲਾ ਤੋਂ ਜੀ ਆ ਗਲਤੀਆਂ ਜੋ ਮੈਂ ਤੁਹਾਨੂੰ ਬੋਲ ਕੇ ਦੱਸਣ ਜਾ ਰਿਹਾ ਹਾਂ ਡੇ ਬਾਈ ਡੇ ਮਤਲਬ ਗਿਣਤੀ ਜਿਹੜੀ ਹੈਗੀ ਹੈ ਕਰੋਨਾ ਵਾਇਰਸ ਨਾਲ ਪੀੜਤ ਬੰਦਿਆਂ ਦੀ ਵਧਦੀ ਜਾ ਰਹੀ ਹੈ ਵਿਅਕਤੀ ਜਿਹੜੇ ਨੇ ਕਰੋਨਾ ਵਾਇਰਸ ਨਾਲ ਦਿਨ ਬਦ ਦਿਨ ਮਤਲਬ ਵਧਦੇ ਜਾ ਰਹੇ ਨੇ ਜਿਹੜੇ ਮਤਲਬ ਪੀੜਤ ਨੇ ਤਰੀਵਨ ਘਟਣ ਦਾ ਨਾਂ ਨਹੀਂ ਲੈ ਰਹੀ ਮੈਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਮਤਲਬ ਗੌਰ ਰੱਖੋ ਆਪਣੀ ਸੁਚੇਤ ਰਹੋ ਜਿੰਨਾ ਹੋ ਸਕੇ ਕਰਕੇ ਮਨ ਲ ਆਪਣੇ ਘਰ ਦੇ ਵਿੱਚ ਰਹੋ ਪਰ ਆਪਾਂ ਮਤਲਬ ਜਿਹੜੀਆਂ ਅੰਗਹਿਲੀਆਂ ਕਰਦੇ ਆ ਨਾ ਉਹਨਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਤਲਬ ਇਸ ਬਿਮਾਰੀ ਤੋਂ ਬਚ ਜਾਵਾਂਗੇ ਕਿਉਂਕਿ ਇਹ ਬਿਮਾਰੀ ਡੇ ਬਾਏ ਡੇ ਜਿਵੇਂ ਦੂਸਰੇ ਦੇਸ਼ਾਂ ਦੇ ਵਿੱਚ ਫੈਲੀ ਹੈ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਇਹਨੇ ਮਤਲਬ ਕਿਸੇ ਆਪਣੀਆਂ ਜਿਹੜੀਆਂ ਅੰਗਹਿਲੀਆਂ ਨੇ ਨਾ ਜਿਹੜੀਆਂ ਅੰਗਹਿਲੀਆਂ ਸੁਣ ਲਿਓ ਧਿਆਨ ਦੇ ਨਾਲ ਜਿਹੜੀਆਂ ਆਪਾਂ ਅੰਗਹਿਲੀਆਂ ਕਰਦੇ ਆ ਉਹ ਆਪਾਂ ਨੂੰ ਕਿਤੇ ਨਾ ਕਿਤੇ ਦੀ ਲਪੇਟ ਦੇ ਵਿੱਚ ਲੈ ਜਾਣਗੀਆਂ ਅੰਗਹਿਲੀਆਂ ਦੇ ਵਿੱਚੋਂ ਮੇਨ ਅੰਗਹਿਲੀ ਜਿਹੜੀ ਹੈਗੀ ਆ ਆਪਣੀ ਮਤਲਬ ਜਿਹੜੀ ਆਪਾਂ ਨੂੰ ਥੋੜੀ ਜੀ ਖੁੱਲ ਮਿਲਦੀ ਆ ਨਾ ਸਰਕਾਰ ਵੱ जा ਸਕਦੇ ਆ ਕਿਤੇ ਨਾ ਕਿਤੇ ਤਾਂ ਇਹ ਜਾਣ ਔਣ ਆਪਾਂ ਨੂੰ ਇਦਾਂ ਨਹੀਂ ਹੈ ਵੀ ਮਤਲਬ ਮੇਰਾ ਪਾਸ ਬਣ ਗਿਆ ਜੀ ਮੈਂ ਤਾਂ ਜੀ ਹੀਰੋ ਬਣ ਗਿਆ ਮੈਂ ਹੁਣ ਘੁੰਮ ਫਿਰ ਸਕਦਾ ਮਤਲਬ ਕਰ ਪੂਰੇ ਦੌਰਾਨ ਇੱਕ ਹੀਰੋ ਗਿਰਨੀ ਇਹ ਇੱਕ ਤੁਹਾਡੀ ਬੇਵਕੂਫੀ ਹੈ ਬਹੁਤ ਵੱਡੀ ਬੇਵਕੂਫੀ ਕਿਵੇਂ ਤੁਸੀਂ ਘਰ ਚੋਂ ਨਿਕਲੇ ਤੁਹਾਨੂੰ ਇਹ ਲੱਗਿਆ ਵੀ ਮੈਨੂੰ ਆਜ਼ਾਦੀ ਮਿਲ ਗਈ ਪਰ ਇਹਦਾ ਉਲਟਾ ਅਸਰ ਕੀ ਹੋਣਾ ਤੁਹਾਨੂੰ ਮੈਂ ਦਿਖਾਉਣ ਲੱਗਿਆ ਜਿਵੇਂ ਮੰਨ ਲਓ ਤੁਸੀਂ ਘਰੋਂ ਬਾਹਰ ਨਿਕਲੇ ਹੋ ਸਕਦਾ ਤੁਹਾਨੂੰ ਉਹ ਵਿਅਕਤੀ ਮਿਲ ਜੇ ਜਿਸ ਵਿਅਕਤੀ ਦੇ ਸਰੀਰ 'ਚ ਕੋਰੋਨਾ ਹੋਵੇ ਪੋਜ਼ਿਟਿਵ ਉਹਨੂੰ ਖੁਦ ਨੂੰ ਨਾ ਪਤਾ ਹੋਵੇ ਤੁਹਾਡੇ ਕੋਲੇ ਬੈਠ ਜਿਆ ਕੇ 10-15 ਮਿੰਟ ਵਾਸਤੇ ਬੈਠੇ ਜਾਂ ਤੁਸੀਂ ਮਤਲਬ ਕਿਸੇ ਐਸੀ ਜਗ੍ਹਾ ਤੇ ਚੱਲ ਜਓ ਜਿੱਥੇ ਕਿਤੇ ਐਸੇ ਰੋਗੀ ਦਾ ਮਤਲਬ ਥੁੱਕਿਆ ਜਾਂ ਉਹਨੇ ਸਿਨਕਿਆ ਉਸ ਨੂੰ ਹੱਥ ਲਗਾ ਲਿਆ ਉਸ ਜਗ੍ਹਾ ਤੇ ਜਾ ਕੇ ਤੁਸੀਂ ਮਤਲਬ ਹੱਥ ਲਗਾਏ ਤਾਂ ਉਹ ਤੁਹਾਨੂੰ ਜਿਹੜਾ ਹੈਗਾ ਇਸ ਬਿਮਾਰੀ ਨਾਲ ਪੋਜ਼ਿਟਿਵ ਕਰ ਸਕਦਾ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਕਿਉਂਕਿ ਇਹ ਬਿਮਾਰੀ ਪੋਜ਼ਿਟਿਵ ਹੁੰਦੇ ਹੁੰਦੇ 10 ਤੋਂ 14 ਦਿਨ ਲੈ ਲੈਂਦੀ ਆ 10 ਤੋਂ ਲੈ ਕਰਕੇ 14 ਦਿਨ ਮਤਲਬ ਇਹਦੇ ਲਸਣ ਜਿਹੜੇ ਹੈਗੇ ਆ ਉਹ ਪੈਦਾ ਹੋਣ ਨੂੰ ਲਾ ਦਿੰਦੇ ਨੇ ਤੇ ਆਮੰਦ ਇਹ ਸਮਝ ਨਹੀਂ ਪੈਂਦਾ ਵੀ ਮੈਨੂੰ ਖੰਘ ਖੰਸੀ ਆਮ ਹੀ ਹੋਈ ਆ ਬੁਖਾਰ ਮੈਨੂੰ ਆਮ ਹੀ ਹੋਇਆ ਜਾਂ ਕਰੋਨੇ ਦੇ ਨਾਲ ਹੋਇਆ ਸਭ ਤੋਂ ਵੱਡੀ ਚਿੰਤਾ ਤੇ ਹੈਰਾਨੀ ਜਨਕ ਗੱਲ ਇਹੀ ਹੈ ਇਹਦੇ ਜਿਹੜੇ ਲਸਣ ਨੇ ਉਹ ਫਲੂ ਨਾ ਮਿਲਦੇ ਜੁਲਦੇ ਕਰਕੇ ਆਮੰਦ ਦਾ ਇਹੀ ਸਮਝਦਾ ਵੀ ਮੈਨੂੰ ਸਿੰਪਲ ਖੰਘ ਖੰਸੀ ਹੋਈ ਆ ਮੈਨੂੰ ਕੁਝ ਨਹੀਂ ਹੋਇਆ ਤੇ ਜਾਂ ਮੈਨੂੰ ਬੁਖਾਰ ਸਿੰਪਲ ਹੋਇਆ ਤੇ ਜਿਹਦੇ ਨਾਲ ਮੈਂ ਮਤਲਬ ਸਿਰਫ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਦਵਾਈਆਂ ਲੈ ਕੇ ਮੈਂ ਫਿੱਟ ਹੋ ਜਾਵਾਂਗਾ ਪਰ ਅਸਲ ਵਿੱਚ ਕਈ ਬੰਦੇ ਲੁਕੇ ਸਿਪੇ ਮਤਲਬ ਜਿਹੜੇ ਹੈਗੇ ਨੇ ਛੋਟੀ ਮੋਟੀ ਖੰਘ ਖਾਂਸੀ ਵਾਲੇ ਸੀ ਉਹਨਾਂ ਦੀ ਇਹ ਪ੍ਰੋਬਲਮ ਇੰਨੀ ਕਿ ਜ਼ਿਆਦਾ ਵਧ ਗਈ ਵਾਦੀ ਵਾਦੀ ਵੀ ਉਹ ਕੋਰੋਨਾ ਦੇ ਨਾਲ ਪੋਜ਼ਿਟਿਵ ਪਾਏ ਗਏ ਇੱਥੇ ਮੈਂ ਤੁਹਾਨੂੰ ਡਰਾ ਨਹੀਂ ਰਿਹਾ ਤੁਹਾਨੂੰ ਮੈਂ ਸੁਚੇਤ ਕਰ ਰਿਹਾ ਵੀ ਸਿਰਫ ਤੇ ਸਿਰਫ ਆਪਾਂ ਨੂੰ ਚਿੰਤਾ ਮੁਕਤ ਹੋ ਕੇ ਕਰਕੇ ਆਪਣੇ ਘਰ ਦੇ ਵਿੱਚ ਬੈਠਣਾ ਜ਼ਰੂਰੀ ਆ ਘਰ ਤੋਂ ਬਾਹਰ ਨਿਕਲੋਗੇ ਤਾਂ ਮਤਲਬ ਕੋਰੋਨਾ ਦੀ ਲਪੇਟ ਚਾਉਂਗੇ ਬਚੋ ਸਾ ਸੋਸਰੇ ਸ਼ਬਦਾਂ ਚ ਮਤਲਬ ਇੰਨਾ ਹੀ ਕੀ ਆ ਵੀ ਬਹਿ ਜੋ ਕਰੇ ਜਿਵੇਂ ਹੁਣ ਮੰਨ ਲਓ ਗੈਸ ਸਿਲੰਡਰਾਂ ਵਾਲੇ ਆਉਂਦੇ ਨੇ ਆਪਾਂ ਪਿੰਡਾਂ ਵਾਲੇ ਕੀ ਕਰਦੇ ਆ ਨਾ ਢੀੜ ਲਾ ਲੈਂਦੇ ਆ ਤੇਰੇ ਦੀ ਲੈ ਤੇਰੇ ਦੀ ਇੱਥੇ ਸੋਸ਼ਲ ਡਿਸਟੈਂਸਿੰਗ ਦੀ ਗੱਲ ਕੀਤੀ ਆ ਤੁਹਾਨੂੰ ਕੀ ਪਤਾ ਕਿਹੜੇ ਬੰਦੇ ਨੂੰ ਮਤਲਬ ਵਾਇਰਸ ਆਇਆ ਜਾਂ ਕਿਹਨੂੰ ਨਹੀਂ ਹੈ ਤੁਸੀਂ ਮਤਲਬ ਇਦਾਂ ਚੁਰੇ ਫਿਰਦੇ ਹੋ ਜਿਵੇਂ ਮੇਲੇ ਚ ਆਏ ਹੁੰਨੇ ਹੋ ਮਤਲਬ ਮੈਂ ਤੁਹਾਨੂੰ ਗੁਰਾ ਬੁਰਾ ਨਾ ਮੰਨਿਓ ਮੇਰੀ ਗੱਲ ਦਾ ਮੈਂ ਤੁਹਾਨੂੰ ਸੋਰ ਕਟਲੀ ਮਤਲਬ ਕਲੀਅਰ ਕੱਟੇ ਹੀ ਗੱਲ ਕਰਨੀ ਚਾਹੁੰਦਾ ਵੀ ਮਤਲਬ ਬੱਚੋ ਜਿੰਨਾ ਹੋ ਸਕੇ ਸੋਸ਼ਲ ਡਿਸਟੈਂਸੀ ਬਣਾ ਕੇ ਚਲੋ ਅਪਰ ਸਰਕਾਰ ਨੇ ਪਾਬੰਦੀ ਲਾਈਏ ਕੋਈ ਇਹਦਾ ਮਤਲਬ ਇਹ ਥੋੜੀਏ ਵੀ ਆਪਾਂ ਨੂੰ ਘਰਾਂ ਦੇ ਵਿੱਚ ਮਤਲਬ ਬੰਦ ਕਰਕੇ ਕੈਦ ਕਰਕੇ ਰੱਖਤਾ ਉਹ ਆਪਣੇ ਭਲੇ ਵਾਸਤੇ ਕੀਤਾ ਇਹਨਾਂ ਨੇ ਨਾ ਪ੍ਰਸ਼ਾਸਨ ਜਿੰਨਾ ਵੀ ਕੰਮ ਕਰ ਰਿਹਾ ਸਰਕਾਰ ਜਿੰਨੀ ਵੀ ਕੰਮ ਕਰ ਰਹੀ ਉਹ ਆਪਣੇ ਭਲੇ ਵਾਸਤੇ ਕਰਦੀ ਹੈ ਵੀ ਆਪਣਾ ਦੇਸ਼ ਆਪਣਾ ਭਾਰਤ ਆਪਣਾ ਪੰਜਾਬ ਜਿਹੜਾ ਹੈ ਇਸ ਮਹਾਮਾਰੀ ਤੋਂ ਬਚ ਸਕੇ ਪਰ ਆਪਾਂ ਲੋਕ ਇਹ ਗੱਲ ਸਮਝਣ ਨੂੰ ਤਿਆਰ ਨਹੀਂ ਹੁੰਦੇ ਆਪਾਂ ਕਿਤੇ ਨਾ ਕਿਤੇ ਇਹ ਸੋਚਦੇ ਆਂ ਵੀ ਯਾਰ ਆਪਾਂ ਨੂੰ ਕੰਮਾ ਧੰਦਿਆਂ ਤੋਂ ਵਿਹਲੇ ਕਰਤਾ ਜਾਂ ਆਪਣਾ ਆਰਥਿਕ ਵਿਵਸਥਾ ਮਤਲਬ ਡਾਊਨ ਹੋ ਰਹੀ ਹੈ ਜਾਂ ਅਸੀਂ ਭੁੱਖੇ ਮਰ ਰਹੇ ਆਂ ਇਹ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਇੰਨਾ ਵਧੀਆ ਮਤਲਬ ਢੰਗ ਦੇ ਨਾਲ ਜਿਹੜਾ ਹੈਗਾ ਸਵਾਮਾਂ ਨਿਵਾ ਰਹੀਆਂ ਨੇ ਸਰਕਾਰ ਵੀ ਆਪਣੇ ਵਾਲੀਆਂ ਆਪਣੇ ਕੋਟੇ ਤੋਂ ਮਤਲਬ ਜਿਹੜਾ ਹੈ ਗਰੀਬਾਂ ਨੂੰ ਮਤਲਬ ਦੇ ਰਹੀ ਆ ਸੇਵਾ ਸੰਸਥਾਵਾਂ ਵੀ ਜਿਹੜੀਆਂ ਹੈਗੀਆਂ ਨੇ ਮਤਲਬ ਉਹ ਦੇ ਰਹੀਆਂ ਨੇ ਸਾਰੀਆਂ ਤੇ ਸਿਕਸ ਸੰਸਥਾਵਾਂ ਸਿਕਸ ਹੁੰਦਾ ਹੈ ਜਿਹੜਾ ਹੈਗਾ ਉਹ ਅੱਗੇ ਆ ਕੇ ਮਤਲਬ ਜਿਹੜਾ ਹੈ ਕਰ ਰਿਹਾ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਉਹ ਗੁਰੂ ਘਰ ਹੈਗੇ ਨੇ ਉਹ ਲੰਗਰ ਲਗਾਉਂਦੇ ਨੇ ਤੇ ਭੁੱਖਾ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਿਆ ਜਾਏ ਤਾਂ ਮੇਰੀ ਨਿਗਾਹ ਦੇ ਵਿੱਚ ਕੋਈ ਵੀ ਹੈ ਨਹੀਂ तकरीबन तकरीबन ਵਧੀਆ ਢੰਗ ਨਾਲ ਸਾਰਿਆਂ ਨੂੰ ਰਸਨ ਪਾਣੀ ਮਿਲ ਰਿਹਾ ਹਾਂ ਜਿਨ੍ਹਾਂ ਨੂੰ ਨਹੀਂ ਹਜੇ ਵੀ ਮਿਲ ਰਿਹਾ तकरीबन ਉਹਨਾਂ ਬਾਰੇ ਤੁਸੀਂ ਆਪਾਂ ਸਾਰੇ ਰਲ ਮਿਲ ਕਰਕੇ ਮਤਲਬ ਪਤਾ ਕਰੋ ਕਿ ਵਾਕਈ ਤੌਰ ਤੇ ਘਰੋਂ ਗਰੀਬ ਜਿਹੜੇ ਹੈਗੇ ਨੇ ਪਰਿਵਾਰ ਉਹਨਾਂ ਦੀ ਮਤਲਬ ਜਿੰਨੇ ਹੋ ਸਕੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਏ ਇਹ ਸਾਡਾ ਇਨਸਾਨੀਅਤ ਨਾਤੇ ਸਭ ਦਾ ਫਰਜ਼ ਬੰਦਾ ਮੋਢਲਾ ਫਰਜ਼ ਬੰਦਾ ਪਰ ਇੱਥੇ ਆਪਾਂ ਨੂੰ ਇੱਕ ਗੱਲ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਵੀ ਆਪਾਂ ਘਰਾਂ ਦੇ ਵਿੱਚ ਜਿਹੜਾ ਮਤਲਬ ਪਚਾਉਣੇ ਆ ਜਾਂ ਇੱਕ ਬੰਦੇ ਨੂੰ ਕਹਿੰਦੇ ਆ ਵੀ ਘਰ ਦਾ ਇੱਕ ਬੰਦਾ ਆ ਕੇ ਸਾਡੇ ਕੋਲ ਰਸਨ ਪਾਣੀ ਲੈ ਜਾਓ ਸਭ ਤੋਂ ਵਧੀਆ ਤਰੀਕਾ ਤੇ ਇਹੀ ਹੋਣਾ ਚਾਹੀਦਾ ਜਿੱਥੇ ਰਸਨ ਪਾਣੀ ਤਿਆਰ ਹੋਇਆ ਉਹ ਸਾਫ਼ ਸੁਥਰੀ ਢੰਗ ਨਾਲ ਮਤਲਬ ਜਿਹੜਾ ਹੈਗਾ ਰਸਨ ਪਾਣੀ ਤਿਆਰ ਕੀਤਾ ਜਾਵੇ ਰਸਨ ਪਾਣੀ ਤਿਆਰ ਕਰਨ ਵਾਲੇ ਜਿਹੜੇ ਗੁਰਸਿੱਖ ਨੇ ਜਾਂ ਜਿਹੜੇ ਮਤਲਬ ਕੰਮ ਮਤਲਬ ਜਿਹੜਾ ਹੈਗੇ ਨੇ ਸੇਵਾ ਨੂੰ ਨਿਭਾ ਰਹੇ ਨੇ ਉਹਨਾਂ ਦੇ ਵਿੱਚ ਵੀ ਆਪਸੀ ਸੋਸ਼ਲ ਡਿਸਟੈਂਸੀ ਉਹਨੀ ਜ਼ਰੂਰੀ ਹੈ ਕਿ ਜੇ ਮੇ ਕੋਈ ਵੀ ਇਨਸਾਨ ਮਤਲਬ ਸਬਜੀ ਬਣਾਉਂਦਾ ਜਾਂ ਮਤਲਬ ਪ੍ਰਸਾਦੇ ਪਾਣੀ ਬਣਾਉਂਦੀਆਂ ਨੇ ਭੈਣਾਂ ਤੀਆਂ ਤਾਂ ਉਹ ਜਿੰਨਾ ਹੋ ਸਕੇ ਇੱਕ ਦੂਜੇ ਤੋਂ ਦੂਰ ਬੈਠ ਕੇ ਮਤਲਬ ਪ੍ਰਸਾਦੇ ਬਣਾਉਣ ਕਿਉਂਕਿ ਇਹ ਚੀਜ਼ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕੋਈ ਇਨਫੈਕਟਡ ਬੰਦਾ ਹਾਂ ਜੇ ਤੁਹਾਨੂੰ ਕੋਈ ਖੰਖਾਂਸੀ ਨਹੀਂ ਹੈ ਕੋਈ ਬੁਖਾਰ ਨਹੀਂ ਹੁੰਦਾ ਤੁਸੀਂ ਬਿਲਕੁਲ ਪਿਛਲੇ 20 ਦਿਨਾਂ ਤੋਂ ਸਹੀ ਸਲਾਮਤ ਹੋ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਹੈ ਤੁਹਾਨੂੰ ਕੋਈ ਵੀ ਡਰਨ ਦੀ ਲੋੜ ਨਹੀਂ ਕਿਸੇ ਕਿਸਮ ਦੀ ਤੁਸੀਂ ਆਰਾਮ ਨਾਲ ਆਪਣਾ ਕੰਮ ਜਿੱਥੇ ਬੈਠੇ ਹੋ ਕਰ ਸਕਦੇ ਹੋ ਪਰ ਫਿਰ ਵੀ ਬਚਾਤਾ ਬਚਾਈ ਹੈ ਨਾ ਵਿਚਾਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆਪਾਂ ਸਾਰਿਆਂ ਨੂੰ ਜਿੰਨਾ ਹੋ ਸਕੇ ਇੱਕ ਦੂਜੇ ਤੋਂ ਵਿਚਾਰ ਆ ਕਰਕੇ ਮਤਲਬ ਇਹ ਹੀ ਇੱਕ ਆਪਾਂ ਨੂੰ ਬਚਾਉਣ ਦਾ ਤਰੀਕਾ ਸੋਸ਼ਲ ਡਿਸਟੈਂਸੀ ਮਤਲਬ ਇੱਕ ਦੂਜੇ ਤੋਂ ਦੂਰੀ ਕਿਸੇ ਨਾਲ ਹੱਥ ਨਹੀਂ ਮਲਾਉਣੇ ਕਿਸੇ ਨਾਲ ਗਲਵਕੜੀ ਨਹੀਂ ਪਾਉਣੀ ਜਿੰਨਾ ਹੋ ਸਕੇ ਕਰਕੇ ਮਤਲਬ ਆਪਣੇ ਆਪ ਨੂੰ ਬਚਾ ਕੇ ਰੱਖਣਾ ਹਾਂ ਜਿੰਨੇ ਵਾਰ ਵੀ ਕਿਸੇ ਨਾਲ ਮਿਲਦੇ ਜੁਲਦੇ ਹੋ ਜਾਂ ਕੋਈ ਕੰਮ ਕਰਦੇ ਹੋ ਘਰ ਪਰਿਵਾਰ ਚ ਕੋਈ ਵੀ ਕੰਮ ਕਰਦੇ ਹੋ ਕਿਸੇ ਵੀ ਕਿਸਮ ਦਾ ਤਾਂ ਉਨੇ ਵਾਰ ਹੀ ਤੁਸੀਂ ਆਪਣੇ ਹੱਥ ਨੇ ਜਿਹੜੇ ਉਹ ਚੰਗੀ ਤਰ੍ਹਾਂ ਸਾਬਣ ਨਾਲ ਅੱਧਾ ਮਿੰਟ ਤੋਂ ਲੈ ਕੇ 1 ਮਿੰਟ ਚੰਗੀ ਤਰ੍ਹਾਂ ਧੋਣੇ ਨੇ ਧੋ ਕੇ ਹੀ ਫਿਰ ਮਤਲਬ ਆਪਾਂ ਕੋਈ ਹੋਰ ਕੰਮ ਕਰਨਾ ਕੰਮ ਕਰਦੇ ਸਮੇਂ ਮਤਲਬ ਹੱਥ ਜਿਹੜੇ ਹੈਗੇ ਨੇ ਆਪਦੇ ਕਿਸੇ ਵੀ ਚੀਜ਼ ਨੂੰ ਤੁਸੀਂ ਸੋਇਆ ਜਾਣੇ ਅਣਜਾਣੇ ਦੇ ਵਿੱਚ ਅੱਜ ਦੇ ਟਾਈਮਸ ਤੁਸੀਂ ਕਿਸੇ ਵੀ ਚੀਜ਼ ਨੂੰ ਸੋਇਆ ਮਤਲਬ ਜਿਵੇਂ ਕਿ ਕੰਮ ਕਰਦੇ ਸਮੇਂ ਕਿਥੇ ਮਤਲਬ ਜਗ੍ਹਾ ਉੱਥੇ ਗਏ ਜਿੱਥੇ ਮਤਲਬ ਕਿ ਲੋਕ ਬਹੁਤ ਜ਼ਿਆਦਾ ਜਾਂਦੇ ਆਉਂਦੇ ਜਿਵੇਂ ਹੁਣ ਆਪਾਂ ਆਮੀ ਦੇਖਦੇ ਆਂ ਵੀ ਜਿਹੜੇ ਹੁਣ ਪ੍ਰਸਾਦਾ ਵਰਤੌਂਦੇ ਨੇ ਗੁਰਸਿੱਖ ਜਾਂ ਮਤਲਬ ਸਮਾਜ ਸੇਵੀ ਸੰਸਥਾਾਂ માં ਕੋਈ ਵੀ ਕਿਸੇ ਵੀ ਜਗ੍ਹਾ ਤੋਂ ਲੰਗਰ ਲੈ ਕੇ ਜਾਂ ਰਸਤ ਪਾਣੀ ਲੈ ਕੇ ਕਿਸੇ ਗਰੀਬ ਪਰਿਵਾਰ ਨੂੰ ਤੱਕ ਪਹੁੰਚਾਉਂਦੇ ਆ ਉਹ ਫਿਰ ਇੱਕੋ ਹੀ ਗੱਡੀ 'ਚ ਬਹਿ ਕੇ ਜਾਂਦੇ ਆ ਕਿਤੇ ਨਾ ਕਿਤੇ ਉਸ ਗੱਡੀ ਨੂੰ ਇੱਕ ਨੇ ਹੱਥ ਲਾਇਆ ਦੂਜੇ ਨੇ ਵੀ ਹੱਥ ਲਾਇਆ ਤੀਜੇ ਨੇ ਵੀ ਲਾਇਆ ਚੌਥੇ ਨੇ ਵੀ ਲਾਇਆ ਉਹ ਹੈਂਡਲ ਜਿਹੜਾ ਹੈਗਾ ਤਾਂ ਇਸ ਤਰ੍ਹਾਂ ਕਰਕੇ ਇਹ ਬ੍ਰੇਕੀ ਦੀਆਂ ਗੱਲਾਂ ਵੀ ਸਾਨੂੰ ਵਿਚਾਰਨੀਆਂ ਪੈਣੀਆਂ ਨੇ ਵੀ ਜਦੋਂ ਉਸ ਤਰ੍ਹਾਂ ਤੁਸੀਂ ਹੈਂਡਲ ਨੂੰ ਹੱਥ ਲਾਉਂਦੇ ਹੋ ਜਾਂ ਸ਼ੋਰ ਕਰਦੇ ਹੋ ਜਾਣੇਣ ਜਾਣੇ ਤੇ ਆਪਣੇ ਹੱਥ ਜਿਹੜੇ ਆ ਆਪਣੀ ਅੱਖਾਂ ਨੂੰ ਆਪਣੇ ਬੁੱਲਾਂ ਨੂੰ ਆਪਣੇ ਨੱਕ ਨੂੰ ਨਾ ਲਾਓ ਜਿਹਦੇ ਨਾਲ ਜੇ ਤੁਸੀਂ ਇੰਨਾ ਕੁਸ਼ ਕਰ ਲੈਨੇ ਹੋ ਨਾ ਮਤਲਬ ਇੰਨਾ ਵਿਚਾਰ ਕਰਦੇ ਹੋ ਇੰਨਾ ਵਿਚਾਰ ਤੁਹਾਨੂੰ ਰੱਖਣਾ ਹੀ ਪੈਣਾ ਇੰਨਾ ਵਿਚਾਰ ਕਰਦੇ ਹੋ ਨਾ ਤੁਸੀਂ ਜੇ ਸੋਸ਼ਲ ਮਤਲਬ ਸਰਵਿਸ ਕਰਨੀ ਹੈ ਕੋਈ ਲੋਕਾਂ ਦੀ ਸੇਵਾ ਕਰਨੀ ਹੈ ਜਾਂ ਘਰੋਂ ਬਾਹਰ ਜਾਣਾ ਤਾਂ ਉੱਥੇ ਤੁਸੀਂ ਆਪਣਾ ਵਿਚਾਰ ਹੀ ਰੱਖਣਾ ਵੀ ਜਨਤਕ ਸੰਸਥਾਵਾਂ ਤੇ ਜਿੱਥੇ ਤੁਸੀਂ ਜਾਣੇ ਹੋਣੇ ਹੋ ਤਾਂ ਉੱਥੇ ਤੁਸੀਂ ਮਤਲਬ ਜਾ ਕਰਕੇ ਆਪਣੇ ਹੱਥ ਜਿਹੜੇ ਹੈਗੇ ਨੇ ਉਹਨਾਂ ਦਾ ਵਿਚਾਰ ਬਹੁਤ ਜ਼ਿਆਦਾ ਰੱਖਣਾ ਇੱਕ ਤਾਂ ਜਿਹੜਾ ਬੰਦਾ ਖੰਘ ਖੰਸੀ ਵਾਲਾ ਕੁਨੂੰ ਆਪ ਨੂੰ ਖੁਦ ਚਾਹੀਦਾ ਵੀ ਉਹ ਆਪਣੇ ਪਰਿਵਾਰ ਤੋਂ ਅਲੱਗ ਰਹੇ 14 ਦਿਨ ਵਾਸਤੇ ਆਪਣੇ ਆਪ ਨੂੰ ਆਈਸੋਲੇਸ਼ਨਸ ਰੱਖੇ ਆਈਸੋਲੇਸ਼ਨ ਦੇ ਵਿੱਚ ਮਤਲਬ ਕੋਈ ਬੰਦਸ ਨਹੀਂ ਹੈ ਕੋਈ ਮਤਲਬ ਜੇਲ ਨਹੀਂ ਹੁੰਦੀ ਆਈਸੋਲੇਸ਼ਨ ਜਾਂ ਇਹ ਹੀ ਆਈਸੋਲੇਸ਼ਨ ਜਿਹੜਾ ਹੈਗਾ ਤੁਹਾਡੇ ਫੈਸਲੇ ਹੀ ਹੈ ਆਈਸੋਲੇਸ਼ਨ ਦੇ ਵਿੱਚ ਕੀ ਹੁੰਦਾ ਵੀ ਤਕਰੀਬਨ 14 ਤੋਂ ਲੈ ਕੇ 16 ਦਿਨ ਮਤਲਬ ਇੱਕ ਇਨਸਾਨ ਜਿਹੜਾ ਖੰਘ ਖੰਸੀ ਨਾਲ ਪੀੜਤ ਹੈ ਰੋਜ਼ ਲਗਾਤਾਰ ਖੰਘ ਰਹਿੰਦੀ ਹੈ ਜੀ ਨੂੰ ਮਤਲਬ ਬਲਗਮ ਆਂਦੀ ਹੈ ਉਹ ਬਲਗਮ ਆਪਣੀ ਜਰੀ ਹੈ ਕਿ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸ ਚੁੱਕੇ ਹਾਂ ਕਿ ਕ੍ਰੀਬਨ ਕ੍ਰੀਬਨ ਬਲਗਮ ਜਿਹੜੀ ਹੈਗੀ ਉਹ ਸਿੰਕਰੇ ਵਿੱਚ ਚੰਗੀ ਤਰ੍ਹਾਂ ਪਾਣੀ ਦੇ ਨਾਲ ਜਿਹੜਾ ਹੈਗਾ ਉਹਨੂੰ ਬਿਹਾ ਕਰ ਦੇਵੇ ਇਹ ਨਾ ਹੋਵੇ ਵੀ ਉਹ ਸਿੰਕ ਤੇ ਆਸੇ ਪਾਸੇ ਲੱਗੀ ਰਹਿ ਜੇ ਇਹ ਵੀ ਗੱਲ ਦੀ ਗੌਰ ਰੱਖਣੀ ਜ਼ਰੂਰੀ ਹੈ ਦੂਸਰੀ ਗੱਲ ਜਿਹੜੀਆਂ ਘਰ ਦੇ ਵਿੱਚ ਧੀਆਂ ਪਹਿਣਾ ਸਿੰਕਾਂ ਨੂੰ ਸਾਫ਼ ਕਰਦੀਆਂ ਨੇ ਉਹ ਆਪਣੇ ਹੱਥਾਂ ਤੇ ਗਲਵਜ਼ ਵਗੈਰਾ ਚਾੜ ਕੇ ਫੇਰ ਹੀ ਸਿੰਕਾਂ ਦੀ ਸਫਾਈ ਕਰਨ ਇਹ ਜ਼ਰੂਰੀ ਮਤਲਬ ਰਾਹਤ ਹੈ ਉਸ ਤੋਂ ਬਾਅਦ ਜਿਹੜੇ ਬੰਦੇ ਨੂੰ ਖੰਘ ਖੰਸੀ ਹੈ ਉਹ ਆਪਣੀ ਬਲਗਮ ਜਿਹੜ ਉਹ ਇੱਕ ਸਵਾ ਦੇ ਬਠਿੰਡ ਦੇ ਵਿੱਚ ਸਿੱਟੇ ਤੇ ਉਹ ਹੈ ਤਾਂ ਨਿੱਕੇ ਨਿੱਕੇ ਗੱਲਾਂ ਪਰ ਇਹ ਬਹੁਤ ਮਤਲਬ ਵਿਚਾਰਨ ਵਾਲੀਆਂ ਗੱਲਾਂ ਨੇ ਜਿਨ੍ਹਾਂ ਤੇ ਪੂਰਾ ਅਮਲ ਕਰਾਂਗੇ ਤਾਂ ਹੀ ਆਪਾਂ ਮਤਲਬ ਸਹੀ ਢੰਗ ਦੇ ਨਾਲ ਇਸ ਚੀਜ਼ ਤੋਂ ਵਿਚਾਰ ਕਰ ਪਾਵਾਂਗੇ ਹੁਣ ਆਪਾਂ ਨਿੱਕੇ ਨਿੱਕੇ ਗੱਲਾਂ ਦੀ ਗੌਰ ਨਹੀਂ ਕਰਦੇ ਘਰਾਂ 'ਚ ਰਹਿੰਦੇ ਆਪਾਂ ਕਹਿੰਦੇ ਚਲ ਜੇਰ ਆਪਉਣ ਨੂੰ ਤੋਂ ਕੁਝ ਪ੍ਰੋਬਲਮ ਹੈ ਨਹੀਂ ਇਹ ਤਾਂ ਮਤਲਬ ਦੂਸਰੇ ਪਿੰਡਾਂ 'ਚ ਕਿਤੇ ਨਾ ਕਿਤੇ ਤੁਰਿਆ ਫਿਰਦਾ ਵੀ ਉਥੋਂ ਮਤਲਬ ਜਿਵੇਂ ਹੁਣ ਮੰਨ ਲਓ ਆਪਾਂ ਸੋਚਦੇ ਆ ਨਾ ਵੀ ਆਪਾਂ ਜੇ ਬਰਨਾਲੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਆਪਾਂ ਸੋਚਦੇ ਆ ਯਾਰ ਨਵਾਂ ਸ਼ਹਿਰ ਦੇ ਵਿੱਚ ਆਪਾਂ ਸੋਚਦੇ ਆ ਯਾਰਾ ਤੇ ਲੁਧਿਆ ਮਤ ਇਹਥੇ ਹੁਣ ਆਪਣੀ ਸਭ ਤੋਂ ਵੱਡੀ ਨਗਹਿਲੀ ਇਹ ਹੋ ਰਹੀ ਹੈ ਵੀ ਆਪਾਂ ਕੀ ਹੁੰਦਾ ਨਾ ਕਈ ਵਾਰੀ ਆਪਣੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਦੂਰ ਨੇੜੇ ਗਿਆ ਉਥੋਂ ਉਹਨੇ ਆਉਣਾ ਜਦੋਂ ਉਹ ਉਥੋਂ ਆਇਆ ਗਿਆ ਕਿਤੇ ਹੋ ਸਕਦਾ ਵੀ ਉਥੋਂ ਕਰੋਨਾ ਨਾਲ ਲੈ ਕੇ ਆ ਗਿਆ ਹੋਵੇ ਆਪਣੇ ਘਰੇ ਹੋ ਸਕਦਾ ਵੀ ਆਪਾਂ ਮਤਲਬ ਕਿਤੇ ਬਾਹਰ ਜਾਈਏ ਆਪਾਂ ਕਰੋਨਾ ਲੈ ਕੇ ਘਰੇ ਆ ਜੀ ਇਹ ਗੱਲਾਂ ਦੀ ਗੌਰ ਆਪਾਂ ਨੂੰ ਜ਼ਰੂਰੀ ਰੱਖਣੀ ਚਾਹੀਦੀ ਹੈ ਕਈ ਵਾਰੀ ਕੀ ਹੁੰਦਾ ਨਾ ਆਪਣੇ ਪਿੰਡ 'ਚ ਆਪਾਂ ਰਹਿੰਦੇ ਆ ਪਿੰਡ ਦੇ ਲੋਕ ਜੇ ਪਿੰਡੋਂ ਬਾਹਰ ਨਹੀਂ ਜਾਂਦੇ ਕਿਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਗਲਤ ਇਹ ਅੰਨਾ ਸੁਣਨ ਵਾਲੀ ਹੈ ਪਿੰਡ ਦੇ ਵਿੱਚ ਜੇ ਮੰਨ ਲਓ 500 ਘਰ 500 500 ਘਰ ਮਤਲਬ ਜਿਹੜਾ ਹੈਗਾ ਬਿਲਕੁਲ ਸਹੀ ਸਲਾਮ ਦਾ ਕਿਤੇ ਕਿਸੇ ਬੰਦੇ ਨੂੰ ਵੀ ਕਰੋਨਾ ਨਹੀਂ ਪਾਇਆ ਗਿਆ ਫਾਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ 500 ਘਰ ਦੇ ਵਿੱਚੋਂ ਇੱਕ ਬੰਦਾ ਵੀ ਮਤਲਬ ਜੇ ਬਾਹਰ ਜਾਂਦਾ ਨਾ ਹੋ ਸਕਦਾ ਉਥੋਂ ਕਰੋਨਾ ਵਾਪਸ ਲੈ ਕੇ ਆ ਜਾਂਦਾ ਘਰੇ ਤਾਂ ਇੱਕ ਬੰਦੇ ਦੇ ਨਾਲ ਪਰਿਵਾਰ ਨੂੰ ਹੋ ਗਿਆ ਪਰਿਵਾਰ ਜਾਣੇ ਨਾ ਜਾਣੇ ਚ ਗਵਾਂਡੀਅਨ ਚ ਵਿਛੜਿਆ ਗਵਾਂਡੀਅਨ ਹੋ ਗਿਆ ਗਵਾਂਡੀਅਨ ਮਤਲਬ ਗਾਂ ਲਿ ਗਵਾਂਡੀਅਨ ਚ ਵਿਛੜੇ ਉਹਨਾਂ ਨੂੰ ਹੋ ਗਿਆ ਇਦਾਂ ਇਦਾਂ ਕਰਕੇ ਇਟਲੀ ਦੇ ਵਿੱਚ ਹੁਣ ਤੱਕ ਮਤਲਬ ਜਿਹੜੇ ਕੇਸ ਵਧੇ ਨੇ ਜਿਹੜਾ ਮਤਲਬ ਮੇਨ ਕਾਰਨ ਸੀ ਇਟਲੀ 'ਚ ਵਧਣ ਦਾ ਉਹ ਹੀ ਸੀ ਵੀ ਉਹਨਾਂ ਨੇ ਆਪਣੇ ਬੰਨ ਨੂੰ ਗੌਰ ਬਹੁਤ ਕੀਤੀ ਗੌਰ ਜਿਵੇਂ ਆਪਣੀ ਸਰਕਾਰਾਂ ਨੇ ਕੀਤੀ ਉਹਨਾਂ ਦੀ ਸਰਕਾਰ ਕਿਹੜਾ ਮਤਲਬ ਵੇਖੂ ਸੀ ਵੀ ਉਹਨਾਂ ਨੇ ਗੌਰ ਨਹੀਂ ਕੀਤੀ ਗੌਰ ਉਹਨਾਂ ਨੇ ਵੀ ਬਹੁਤ ਕੀਤੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਜਿਹੜਿਆ ਮਤਲਬ ਹਾਲਾਤ ਨੇ ਇਹ ਕੋਰੋਨਾ ਵਾਇਰਸ ਨੇ ਉਹਨਾਂ ਦੇ ਵੱਤ ਤੋਂ ਪੱਤਰ ਕਰਤੇ ਗੋਡਿਆਂ ਭਾਰ ਲਿਆਂਦੇ ਉਹ ਰੋਣ ਰੋਣ ਨੂੰ ਮਜਬੂਰ ਹੋਏ ਪੈ ਨੇ ਪੂਰੇ ਜ਼ਿਆਦਾ ਹੰਝੂ ਨਿਕਲਦੇ ਨੇ ਉੱਥੇ ਦੀ ਮਤਲਬ ਹਾਲਾਤ ਦੇਖ ਕਰਕੇ ਜੇ ਹੁਣ ਮਤਲਬ ਆਪਾਂ ਰੋਜ਼ ਜਿਹੜੀ ਹੈਗੀ ਹੈ ਨਾ WHO ਦੀ ਸਾਈਟ ਤੇ ਜਾ ਕੇ ਜਦੋਂ ਉਹਨਾਂ ਦੀ ਦੇਖਦੇ ਆ ਨਾ ਵੀ ਮਤਲਬ ਰੋਜ਼ ਦੇ ਕਿੰਨੇ ਕੇਸ ਨੇ ਤਾਂ ਦੇਖ ਕੇ ਹੈਰਾਨੀ ਆਉਂਦੀ ਹੈ ਕਿਸੇ ਦਿਨ 4900 ਕੇਸ ਕਿਸੇ ਦਿਨ 599 ਕੇਸ ਇਸ ਤਰ੍ਹਾਂ ਕਰਕੇ ਰੋਜ਼ ਦੀ ਗਿਣਤੀ ਮਤਲਬ ਕੇਸਾਂ ਦੀ ਵਾਧਦੀ ਹੈ ਕਰੋਨਾ ਦੇ ਨਾਲ ਪੋਜ਼ਿਟਿਵ ਦੀ ਕੀ ਤੁਸੀਂ ਚਾਹੁੰਦੇ ਹੋ ਵੀ ਆਪਣੇ ਪੰਜਾਬ ਦਾ ਇਹ ਹਾਲ ਹੋਵੇ ਮੰਦਾ ਹਾਲ ਹੋ ਜੂ ਆਪਣਾ ਜੇ ਆਪਾਂ ਮਤਲਬ ਇਹ ਚੀਜ਼ ਦੀ ਗੌਰ ਨਾ ਕੀਤੀ ਇਹਦੇ ਨਾਲ ਦੇਖੋ ਮਰਨ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਹੈ ਇਹਦੇ ਨਾਲ ਜਿਹੜੇ ਪੀੜਤ ਨੇ ਮਤਲਬ ਉਹਨਾਂ ਦੀ ਗਿਣਤੀ ਹੈ ਜਦੋਂ ਮਤਲਬ ਪੀੜਤ ਜਿਹੜੇ ਪੇਸ਼ੈਂਟ ਜਦੋਂ ਜ਼ਿਆਦਾ ਬਾਤ ਤੇ ਜਾਣਗੇ ਨਾ ਉਹਨਾਂ ਹੀ ਮਤਲਬ ਆਪਾਂ ਤੰਗ ਹੋ ਜਾਾਂਗੇ ਕਿਉਂਕਿ ਇਹਦੇ ਨਾਲ ਜਿਹੜਾ ਸਾਹ ਰੁਕਦਾ ਨਾ ਉਹ ਸਭ ਤੋਂ ਭਿਆਨਕ ਆ ਕਈ ਬੰਦੇ ਦਾ ਸਾਹ ਇਸ ਕਦਰ ਤੱਕ ਰੁਕ ਜਾਂਦਾ ਵੀ ਸਾਹ ਰੁਕਦੇ ਰੁਕਦੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਵੈਂਟੀਲੇਸ਼ਨ ਕਰਨ ਦੇ باوجود ਉਹਨਾਂ ਦੀ ਆਕਸੀਜਨ ਮਤਲਬ ਪੂਰੀ ਆਕਸੀਜਨ ਦੇ ਕਰਕੇ ਜਾਂ ਪੂਰੇ ਮੈਡੀਸਨ ਦਾ ਪ੍ਰਬੰਧ ਕਰਕੇ ਵੀ ਮਤਲਬ ਉਹ ਬਚ ਨਹੀਂ ਪਾਉਂਦੇ ਵਿਚਾਰੇ ਕਿਉਂਕਿ ਉਹਨਾਂ ਦੀ ਸਰੀਰ ਦੀ ਇਮਿਊਨਿਟੀ ਕਿਤੇ ਨਾ ਕਿਤੇ ਡਾਊਨ ਪਈ ਹੁੰਦੀ ਹੈ ਇਥੇ ਹੁਣ ਮਤਲਬ ਆਪਾਂ ਨੂੰ ਜ਼ਰੂਰੀ ਆ ਫਰਜ਼ ਬੰਦਾ ਆਪਣਾ ਵੀ ਆਪਾਂ ਇਹ ਨਿੱਕੇ ਨਿੱਕੇ ਗੱਲਾਂ ਦਾ ਵਿਚਾਰ ਰੱਖੀਏ ਬਚਾਏ ਦੇ ਵਿੱਚ ਕੀ ਆ ਤੁਹਾਨੂੰ ਦੱਸਣ ਲੱਗਿਆ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੇ ਬੰਦੇ ਨੂੰ ਖੰਘ ਖੰਸੀ ਆ ਕਰੇ ਉਹ ਆਪਣੇ ਆਪ ਨੂੰ ਦੂਸਰੇ ਮੈਂਬਰਾਂ ਤੋਂ ਦੂਰ ਕਰ ਲੇ ਦੂਰ ਕਰ ਲੇ ਕਰੀਬਨ ਬਚਾਅ ਚ ਹੀ ਚੰਗਾ ਚਾਹੇ ਤੁਹਾਨੂੰ ਪ੍ਰੋਬਲਮ ਹੈਗੀ ਆ ਚਾਹੇ ਨਹੀਂ ਹੈਗੀ ਹੋ ਸਕਦਾ ਤੁਹਾਨੂੰ ਖੰਘ ਵੈਸੇ ਹੀ ਹੋਈ ਹੋਵੇ ਮਤਲਬ ਇੱਥੇ ਪੂਰਾ ਵਿਚਾਰ ਰੱਖੋ ਆਪਣਾ ਜੇ ਖੰਘ ਖੰਸੀ ਆ ਨਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਆਪ ਦੂਸਰੇ ਪਰਿਵਾਰ ਤੋਂ ਦੂਰ ਰਹੋ 1 ਮੀਟਰ 100 ਮੀਟਰ 2 ਮੀਟਰ ਦੀ ਦੂਰੀ ਤੇ ਰਹੋ ਦੂਸਰੇ ਕਮਰੇ ਚ ਰਹਿਣ ਦੀ ਕੋਸ਼ਿਸ਼ ਕਰੋ ਵੀ ਉਹਨਾਂ ਤੋਂ ਅਲੱਗ ਕਮਰੇ ਦੇ ਵਿੱਚ ਰਹੋ 1 ਨੰਬਰ ਤੇ ਦੂਸਰੇ ਨੰਬਰ ਤੇ ਤੁਸੀਂ ਜਦੋਂ ਤੁਹਾਨੂੰ ਕੋਈ ਮਤਲਬ ਸਬਜ਼ੀ ਭਾਜੀ ਦੀ ਲੋੜ ਆ ਤੁਸੀਂ ਸਬਜ਼ੀ ਲੈਣ ਜਾਣੇ ਹੋ ਤਾਂ ਸਬਜ਼ੀ ਲੈਣ ਗਏ ਕੱਠ ਨਾ ਕਰੋ ਇੱਕ ਦੂਜੇ ਤੋਂ ਦੂਰ ਰਹਿ ਕੇ ਤੁਸੀਂ ਸਬਜ਼ੀ ਖਰੀਦੋ ਸਬਜ਼ੀ ਲਿਆ ਕੇ ਫਲ ਲਿਆ ਕੇ ਘਰੇ ਉਹਨੂੰ ਗਰਮ ਪਾਣੀ ਦੇ ਨਾਲ ਧੋ ਕੇ ਚੰਗੀ ਤਰ੍ਹਾਂ ਮਤਲਬ ਜਿਹੜਾ ਹੈਗਾ ਉਹਨੂੰ ਵਾਸ਼ ਕਰਕੇ ਫਿਰ ਉਸ ਤੋਂ ਬਾਅਦ ਹੀ ਉਹਨੂੰ ਘਰੇ ਵਰਤੂਚ ਲਿਆਉਣਾ ਕੋਸ਼ਿਸ਼ ਕਰੀ ਜਾਏ ਬੱਚਿਆਂ ਨੂੰ ਵੀ ਦੱਸਿਆ ਜਾਏ ਵੀ ਤੁਸੀਂ ਜੇ ਕਿਤੇ ਭਲੇਕੇ ਨਾਲ ਕਿਤੇ ਗਵੰਡੀਆਂ ਜਾਂਦੇ ਹੋ ਜਾਂ ਕੁਝ ਹੋਰ ਕਰਦੇ ਹੋ ਤਾਂ ਆਪਣੇ ਹੱਥ ਜਿਹੜੇ ਹੈਗੇ ਜਿੰਨੇ ਵਾਰ ਵੀ ਤੁਸੀਂ ਜਾ ਕੇ ਆਏ ਵੀ ਆਪਣੇ ਹੱਥ ਮੂੰਹ ਆਪਣੇ ਅੱਖਾਂ ਜਾਂ ਆਪਣੇ ਨੱਕ ਜਾਂ ਬੁੱਲਾਂ ਨੂੰ ਨਹੀਂ ਲਾਉਣੇ ਤੇ ਆਪਣੇ ਹੱਥ ਜਿਹੜੇ ਹੈਗੇ ਨੇ ਉਹ ਚੰਗੀ ਤਰ੍ਹਾਂ ਸਾਬਣ ਨਾਲ ਸਾਫ ਕਰਨੇ ਆ ਕੋਲ ਵੇਸ਼ੜ ਜਿਹੜਾ ਸੈਨੀਟਾਈਜ਼ਰ ਆ ਉਹਦੇ ਨਾਲ ਸਾਫ ਕਰਨੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਵਾਸਤੇ ਇਸ ਤੋਂ ਬਾਅਦ ਜਦੋਂ ਹੁੱਲੜ ਮਚਾਉਣੇ ਆ ਆਪਾਂ ਨਾ ਆਪਾਂ ਕੀ ਕਰਦੇ ਆ ਸਿੰਲੰਡਰਾਂ ਨਾਲ ਆਗੇ ਖੁੱਲ ਨੂੰ ਜ਼ਿਆਦਾ ਨਹੀਂ ਆ ਇਕਦਮ ਇਕੱਠੇ ਹੋ ਜਾਣੇ ਸਾਰੇ ਯਾਨੀ ਉੱਥੇ ਵੀ ਕੋਸ਼ਿਸ਼ ਰੱਖੀ ਜਾਏ ਵੀ ਇੱਕ ਦੂਜੇ ਤੋਂ ਡਿਸਟੈਂਸ ਹੀ ਰੱਖੀ ਜਾਏ ਹੁਣ ਜਿਵੇਂ ਆਲੂ ਮਤਲਬ ਪੱਟੇ ਜਾ ਰਹੇ ਨੇ ਆਲੂ ਜਿਹੜੇ ਹੈਗੇ ਨੇ ਇਕੱਠੀ ਪੈਕਿੰਗ ਕਰਦੇ ਨੇ ਮਜ਼ਦੂਰ ਬਹਿ ਕੇ ਉਹ ਇਕੱਠੇ ਹੀ ਬੈਠੇ ਨੇ ਕੋਲੇ ਕੋਲੇ ਬੈਠੇ ਨੇ ਇੱਕ ਦੂਜੇ ਦੇ ਮਤਲਬ ਕੀ ਸਿਰਫ ਸਿਰਫ ਤਿੰਨ ਤਿੰਨ ਦੋ ਦੋ ਤਿੰਨ ਦਿਨ ਦੀ ਗਿੱਠਾਂ ਦੀ ਦੂਰੀ ਤੇ ਉੱਥੇ ਵੀ ਮਤਲਬ ਆਪਣਾ ਫਰਜ਼ ਬੰਦਾ ਵੀ ਆਪਾਂ ਉਹਨਾਂ ਨੂੰ ਘੱਟੋ-ਘੱਟ ਜ਼ਿਆਦਾ ਨਹੀਂ ਤਾਂ ਕਿਸਾਨ ਵੀਰ ਦਾ ਫਰਜ਼ ਬੰਦਾ ਵੀ ਜਿਹੜੇ ਉਹਦੇ ਲੇਬਰ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਦੂਜੇ ਤੋਂ ਮੀਟਰ ਡੇਡ ਮੀਟਰ ਦੀ ਦੂ ਦੂਜੇ ਨੂੰ ਹੈ ਟੋਮੈਟਿਕਲੀ ਹੋ ਜਾਣੀ ਹੈ ਦੂਜੇ ਨੂੰ ਹੋਈ ਤੀਜੇ ਨੂੰ ਹੋ ਜਾਣੀ ਹੈ ਤੀਜੇ ਨੂੰ ਹੋਈ ਚੌਥੇ ਨੂੰ ਹੋ ਜਾਣੀ ਹੈ ਕਿਉਂਕਿ ਆਪਾਂ ਇਨ ਕਿਨ ਕਿ ਗੱਲਾਂ ਦਾ ਵਿਚਾਰ ਕਰਨ ਪਹਿਲਾਂ ਤੁਸੀਂ ਸਿੱਖੇ ਨਹੀਂ ਪੰਜਾਬੀ ਲੋਕ ਇੰਨੇ ਖੁੱਲ੍ਹਦਿਲ ਨੇ ਵੀ ਇੱਕ ਦੂਜੇ ਨਾਲ ਵੈਸੀ ਹੀ ਮਤਲਬ ਆਪਾਂ ਸੱਪਾ ਮਾਰਨ ਲਈ ਇਕੱਠੇ ਹੋ ਕੇ ਬਹਿ ਜਾਂਦੇ ਆ ਬਿਨਾ ਮਤਲਬ ਤੋਂ ਕੋਈ ਕੰਮਕਾਜ ਨਹੀਂ ਹੁੰਦਾ ਵੀ ਜਾਨੀ ਮੋੜਾਂ ਤੇ ਜਾ ਕੇ ਨਾ ਦੋ ਦੋ ਮਤਲਬ ਤਿੰਨ ਤਿੰਨ ਬੰਦੇ ਮਤਲਬ ਮੈਂ ਉਹੀ ਆਮ ਹੀ ਦੇਖਦਾ ਪਿੰਡਾਂ 'ਚ ਬੈਠੇ ਇੱਕ ਦੂਜੇ ਨਾਲ ਮਤਲਬ ਬੈਠ ਕੇ ਗੱਲਾਂ ਮਾਰੀ ਜਾਂਦੇ ਬਿਨਾ ਮਤਲਬ ਤੋਂ ਉਹ ਬੈਠੇ ਵੀ ਬਿਲਕੁਲ ਕੋਲੇ-ਕੋਲੇ ਹੁੰਦੇ ਨੇ ਤੇ ਹੋ ਸਕਦਾ ਵੀ ਤੁਸੀਂ ਬਿਲਕੁਲ ਠੀਕ ਹੋਵੋ ਪ੍ਰਮਾਤਮਾ ਕਰੇ ਵੀ ਤੁਸੀਂ ਠੀਕ ਹੋਵੋ ਤੁਹਾਨੂੰ ਕੁਝ ਵੀ ਨਾ ਹੋਵੇ ਪਰ ਹੋ ਸਕਦਾ ਵੀ ਰੱਬ ਨਾ ਕਰੇ ਤੁਹਾਨੂੰ ਮਤਲਬ ਕਰੋਨਾ ਪੋਜ਼ਿਟਿਵ ਹੈ ਤੁਸੀਂ ਦੂਜਿਆਂ ਨੂੰ ਵੀ ਕਰ ਸਕਦੇ ਹੋ ਦੂਜੇ ਨੂੰ ਹੋ ਗਿਆ ਤਾਂ ਗਾਂਹ ਜਾ ਕੇ ਮਤਲਬ ਜਿਹੜੇ ਘਰੇ ਜਾਏਗਾ ਉਹਨਾਂ ਨੂੰ ਕਰੇਗਾ ਇਸੇ ਕਰਕੇ ਸਰਕਾਰਾਂ ਰੋਕ ਰਹੀਆਂ ਆਪਾਂ ਨੂੰ ਮਤਲਬ ਪਾਬੰਦੀ ਹੋਰ ਕੋਈ ਨਹੀਂ ਹੈ ਕਿਸੇ ਕਿਸਮ ਦੀ ਵੀ ਤੁਸੀਂ ਘਰੋਂ ਬਾਹਰ ਨਾ ਨਿਕਲੋ ਉਹਦਾ ਮਤਲਬ ਹੀ ਇੰਨਾ ਸੀ ਵੀ ਜੇ ਇੱਕ ਫੈਮਿਲੀ ਨੂੰ ਹੋਇਆ ਨਾ ਇੱਕ ਬੰਦੇ ਨੂੰ ਹੋਇਆ ਫੈਮਿਲੀ ਚ ਤਾਂ ਸਾਰੀ ਫੈਮਿਲੀ ਨੂੰ ਹੋ ਜਾਊਗਾ ਜੇ ਫੈਮਿਲੀ ਮਤਲਬ ਜਿਹੜੀ ਹੈਗੀ ਆ ਪਰਿਵਾਰ ਦੇ ਮੈਂਬਰ ਦੂਸਰੇ ਗਵਨੀਆਂ ਦੇ ਜਾਣਗੇ ਕਿਸੇ ਤੇ ਜਾਂ ਕਿਤੇ ਬਾਹਰ ਜਾਣਗੇ ਜਾਂ ਕਿਤੇ ਮਤਲਬ ਕਿਸੇ ਨਾ ਕਿਸੇ ਰੈਸਟਰੀ ਜਾਣਗੇ ਉੱਥੇ ਜਾ ਕੇ ਕਰਨਗੇ ਕਿਉਂ ਇੱਕ ਬੰਦੇ ਨੂੰ ਹੋਇਆ ਮੰਨ ਲਓ ਇੱਕ ਇਨਸਾਨ ਨੂੰ ਫੈਮਿਲੀ ਦੇ ਨੂੰ ਮਤਲਬ ਇੱਕ ਤਰੀਕ ਨੂੰ ਮਤਲਬ ਜਿਹੜਾ ਹੈਗਾ ਪੋਜੀਟਿਵ ਹੋ ਗਿਆ ਇੱਕ ਤਰੀਕ ਤੋਂ ਮਤਲਬ ਉਹਨੂੰ ਜਿਹੜਾ ਹੈਗਾ ਉਹਦੇ ਸਿੰਪਟਮ ਆਉਣੇ ਸ਼ੁਰੂ ਹੋਏ 14 ਤੱਕ ਜਾ ਕੇ ਉਹ ਪੂਰਾ ਪੋਜ਼ਿਟਿਵ ਹੋ ਗਿਆ ਜੇ ਉਹਦੀ ਇਮਿਊਨਿਟੀ ਡਾਊਨ ਆ ਤਾਂ ਮਤਲਬ 5-6 ਤਰੀਕ ਨੂੰ ਪੋਜ਼ਿਟਿਵ ਹੋ ਗਿਆ ਮਤਲਬ ਕੈਲੀਏ ਵੀ ਪੋਜ਼ਿਟਿਵ ਤੋਂ ਪਹਿਲਾਂ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਪਰ ਉਹਦੀ ਲੱਛਣ ਜਿਹੜੇ ਹੈਗੇ ਨੇ ਉਹ 6-7-10 ਦਿਨਾਂ ਦੇ ਵਿੱਚ ਪੈਦਾ ਹੋਣ ਲੱਗਦੇ ਨੇ ਨਾ ਤੇ ਉਦੋਂ ਤੱਕ ਕੀ ਹੈ ਦੂਜੇ ਮੈਂਬਰਾਂ ਨੂੰ ਕੋਈ ਪਤਾ ਨਹੀਂ ਹੁੰਦਾ ਕੋਲੀ ਰਹਿੰਦੇ ਨੇ ਕੋਲੀ ਇਕੱਠੇ ਖਾਈ ਪੀ ਜਾਂਦੇ ਆ ਕੋਲੀ ਰਹਿੰਦੇ ਆ ਕੋਲੀ ਆ ਸਮਝ ਆਕ ਹੁੰਦਾ ਕਿ ਮਤਲਬ ਉਹ ਇੱਕ ਹੀ ਉਹਨਾਂ ਕਹ ਲਈਏ ਵੀ ਇੱਕ ਦੋ ਫੁੱਟ ਦੀ ਦੈਰੀ ਤੇ ਬੈਠਦੇ ਕਰਦੇ ਆ ਆਪਾਂ ਤੇ ਉਹ ਸਾਹ ਦੇ ਰਾਹੀਂ ਇਹ ਇੱਕ ਨਾ ਜਿਹੜੀ ਕੋਵਿਡ-19 ਜਿਹੜਾ ਜਿਹੜਾ ਵਾਇਰਸ ਆ ਨਾ ਜਿਹੜਾ ਕਰੋਨਾ ਵਾਇਰਸ ਇਹਦੇ ਇੱਕ ਨਾ ਕਣ ਨੇ ਛੋਟੇ-ਛੋਟੇ ਕਣ ਹੁੰਦੇ ਨੇ ਡ੍ਰੋਪਲਟ ਉਹ ਇੱਕ ਪਰਿਵਾਰ ਆ ਇੱਕ ਪਰਿਵਾਰ ਦੀ ਤਰ੍ਹਾਂ ਉਹ ਜਿੱਥੇ ਮਤਲਬ ਨਾ ਫੈਲ ਜਾਂਦੇ ਨੇ ਜਿਵੇਂ ਹੁਣ ਹਵਾ ਰਾਹੀਂ ਜਿਵੇਂ ਉਹ ਬੰਦੇ ਨੇ ਮਤਲਬ ਹਵਾ ਛੱਡੀ ਆ ਉਹਦੇ ਮੂੰਹ ਦੀ ਤਾਂ ਉਹ ਤਕਰੀਬਨ 15 ਮਿੰਟਾਂ ਧਿਆਨ ਨਾਲ ਸੁਣਿਓ 15 ਮਿੰਟਾਂ ਦੇ ਵਿੱਚ ਮਤਲਬ ਜੇ ਕੋਲੇ ਕੋਈ ਬੰਦਾ ਬੈਠਾ ਉਹਨੇ ਉਹਦੇ ਸਰੀਰ ਨੇ ਕੈਚ ਕਰ ਜਾਨੇ ਜੇ ਉਹਦੀ ਇਮਿਊਨਿਟੀ ਤਕੜੀ ਹੈ ਤਾਂ ਉਹ ਫਿਰ ਇਹ ਰੋਗ ਨਾਲ ਲੜ ਕੇ ਆਟੋਮੈਟਿਕਲੀ ਤੌਰ ਤੇ ਉਹਨੂੰ ਅੰਦਰੋਂ ਅੰਦਰ ਹੀ ਖਤਮ ਕਰ ਦਿੰਦੀ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਨੂੰ ਕੋਗੇ ਰੋਗ ਨਿਕਲ ਗਿਆ ਜਿਹੜੇ ਬੰਦੇ ਦੀ ਇਮਿਊਨਿਟੀ ਨਹੀਂ ਹੈ ਉਹਨੂੰ ਇਹ ਪੀੜਿਤ ਕਰਦਾ ਉਹਨੂੰ ਇਹ ਪੋਜੀਟਿਵ ਹੋ ਜਾਂਦਾ ਜਦੋਂ ਪੋਜੀਟਿਵ ਹੁੰਦਾ ਉਦੋਂ ਤਕਲੀਫ ਹੁੰਦੀ ਹੈ ਤਕਲੀਫ ਕਈ ਬੰਦੇ ਚੱਲ ਕੇ ਮਤਲਬ ਠੀਕ ਹੋ ਜਾਂਦੇ ਨੇ ਕਈ ਜਿਹੜੇ ਹੈਗੇ ਨੇ ਉਹ ਲੰਮਕਦੇ ਰਹਿ ਜਾਂਦੇ ਨੇ ਮਤਲਬ ਉਹਨੂੰ ਠੀਕ ਹੋਣ ਨੂੰ ਬਹੁ ਇਥੇ ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਜੀ ਜਿੰਨਾ ਹੋ ਸਕੇ ਮਤਲਬ ਆਪਣੇ ਆਪ ਦਾ ਵਿਚਾਰ ਰੱਖੋ ਵਿਚਾਰ ਰੱਖੋ ਆਪਣਾ ਵੀ ਆਪਣੇ ਪਰਿਵਾਰ ਦਾ ਵੀ ਕਿਤੇ ਵੀ ਘੱਟ ਚ ਨਾ ਜਾਓ ਜੇ ਤੁਸੀਂ ਕੋਈ ਚੀਜ਼ ਖਰੀਦਣੀ ਆ ਕੋਈ ਸਬਜ਼ੀ ਭਾਜੀ ਕੋਈ ਫਲ ਫਰੂਟ ਕੋਈ ਸਵੰਡਰਾਂ ਵਾਲੀ ਗੱਡੀ ਆਂਦੀ ਹੈ ਜਾਂ ਮੰਨ ਲਓ ਆਪਾਂ ਕਈ ਵਾਰੀ ਕੋਈ ਰਸਨ ਪਾਣੀ ਦੀ ਕਾਨ ਤੇ ਕੋਈ ਸਸਨ ਲੈਣ ਜਾਂਦੇ ਆ ਤਾਂ ਉੱਥੇ ਮਤਲਬ ਭੀੜ ਭੜਕਣਾ ਕਰੋ ਇੱਕ ਦੂਜੇ ਤੋਂ ਦੂਰੀ ਰੱਖੇ ਨਾ ਤੇ ਜੇ ਗੱਲਾਂ ਗੁੱਲਾਂ ਵੀ ਕਰਨੀਆਂ ਕਿਸੇ ਨਾਲ ਦੂਰ ਖੜ ਕੇ ਗੱਲਾਂ ਕਰੋ ਮਤਲਬ ਇਹ ਵਿਚਾਰ ਆਪਾਂ ਨੂੰ ਜ਼ਰੂਰੀ ਰੱਖਣਾ ਬਣਦਾ ਇਹ ਆਪਣਾ ਸਾਰਿਆਂ ਦਾ ਫਰਜ਼ ਬੰਦਾ ਇਕੱਲੇ ਇਕੱਡੇ ਦਾ ਕਹਿਣਾ ਮਤਲਬ ਨਹੀਂ ਫਰਜ਼ ਬੰਦਾ ਵੀ ਮਤਲਬ ਵੀ ਇੱਕ ਬੰਦਾ ਮਤਲਬ ਗੌਰ ਕਰੇ ਦੂਜੇ ਨਾ ਕਰਨ ਸਾਰਿਆਂ ਦਾ ਆਪਣਾ ਫਰਜ਼ ਬੰਦਾ ਜੇ ਆਪਾਂ ਸਾਰੇ ਜਦੋਂ ਮਿਲ ਕੇ ਗੌਰ ਕਰਾਂਗੇ ਤਾਂ ਹੀ ਇਸ ਤੋਂ ਮਤਲਬ ਆਪਾਂ ਵਿਜੀ ਹਾਸਲ ਕਰ ਪਾਵਾਂਗੇ ਤਾਈਂ ਤੋ ਜਿੱਤ ਪ੍ਰਾਪਤ ਕਰਾਂਗੇ ਜੇ ਇਹ ਇਦਾਂ ਤਾਂ ਹੀ ਇੱਕ ਇੱਕ ਤੋ ਮਤਲਬ ਵੱਧਦੀ ਵੱਧਦੀ ਵਧ ਗਈ ਨਾ ਤਾਂ ਮੰਦਾ ਹਾਰ ਹੋ ਜਾਣਾ ਤੁਸੀਂ ਆਉਂਦੇ ਦਿਨਾਂ 'ਚ ਦੇਖੋਗੇ ਤਕਰੀਬਨ ਤਕਰੀਬਨ ਚਾਈਨਾ ਦੇ ਵਿੱਚ ਮੈਂ ਡਰਾ ਨਹੀਂ ਰਿਹਾ ਤੁਹਾਨੂੰ ਮਤਲਬ ਜਿਹੜੀਆਂ ਰਿਪੋਰਟਾਂ ਪਿੱਛੇ ਵੀਡੀਓ ਦਿਖਾ ਚੁੱਕਿਆ ਬੀ ਤਕਰੀਬਨ ਪਹਿਲੀ ਰਿਪੋਰਟ ਜਿਹੜੀ ਸੀਗੀ WHO ਦੀ ਸਾਈਟ ਤੇ ਜਿਹੜੀ ਪਾਈ ਗਈ ਹੈ ਉਹ ਜਨਵਰੀ ਮਹੀਨੇ ਦੀ ਪਾਈ ਗਈ ਹੈ ਉਸ ਟਾਈਮ ਤੇ ਸਿਰਫ ਤੇ ਸਿਰਫ 238 ਕੇਸ ਸੀ ਸਿਰਫ ਕਰੋਨਾ ਪੋਜ਼ਿਟਿਵ ਸੀ ਜਿਹੜੇ ਅੱਜ ਦੇ ਟਾਈਮਸ ਤੁਸੀਂ ਦੇਖ ਲਓ ਵੀ ਚైనా ਕਿਸੇ ਤੱਕ ਪਹੁੰਚਿਆ ਤੇ ਜਿਹੜਾ ਇਟਲੀ ਆ ਉਹ 1 ਲੱਖ ਤੋਂ ਕ੍ਰੋਸ ਕਰ ਚੁੱਕਿਆ ਤੇ ਆਪਣਾ ਭਾਰਤ ਆ ਕਿਸੇ ਟਾਈਮ ਮਤਲਬ ਜਦੋਂ ਕਿ ਤਕਰੀਬਨ ਫਰਵਰੀ ਦੇ ਵਿੱਚ ਤਿੰਨ ਕੇਸ ਸੀ ਸਿਰਫ ਇਟਲੀ ਚ ਵੀ ਇੰਨੇ ਕੀ ਸੀ ਤੇ ਭਾਰਤ ਦੇ ਵਿੱਚ ਤੁਸੀਂ ਅੱਜ ਦੇਖ ਲਓ ਕਿ ਕਿੰਨੇ ਕੇਸ ਹੋ ਚੁੱਕੇ ਨੇ ਇਹ ਆਪਣੀ ਅنگਹਿਲੀ ਦੇ ਨਾਲ ਹੀ ਹੋ ਰਿਹਾ ਦੇਖੋ ਸਰਕਾਰਾਂ ਦਾ ਕੰਮ ਕਰ ਰਹੀਆਂ ਨੇ ਆਪਣਾ ਫਰਜ਼ ਵੰਦਾ ਵੀ ਆਪਾਂ ਪੰਜਾਬੀ ਨਾਗਰਿਕ ਹੋ ਕੇ ਭਾਰਤੀ ਨਾਗਰਿਕ ਹੋ ਕੇ ਜਿੰਨਾ ਹੋ ਸਕਦਾ ਵੀ ਆਪਣਾ ਵਿਚਾਰ ਤੇ ਆਪਣੇ ਪ੍ਰਵਾਹ ਦਾ ਵਿਚਾਰ ਆਪਣੇ ਆਪ ਦੇ ਹੱਥ ਹੈ ਆਪਣੇ ਆਪ ਦੇ ਹੱਥ ਹੈ ਇਹਨੂੰ ਆਪਾਂ ਆਪ ਵਿਚਾਰ ਰੱਖਣਾ ਦੇਖੋ ਇਹ ਅنگਹਿਲੀਆਂ ਜਿਹੜੀਆਂ ਹੈਗੀਆਂ ਨਾ ਕਰੋ ਜਿਵੇਂ ਹੁਣ ਆਪਾਂ ਆ ਵੀ ਦੇਖਦੇ ਆਂ ਸਬਜ਼ੀਆਂ ਮੰਡੀਆਂ ਦੇ ਨਾਲ ਲੈਣਾ ਲੱਗ ਜਾਂਦੀਆਂ ਕਿੰਨੀ ਭੀੜ ਭੀੜਾ ਨਾ ਲੈਣਾ ਆਪਾਂ ਲਾਣੇ ਆ ਮਤਲਬ ਜਾਣੇ ਆ ਦੇਖੋ ਆਪਾਂ ਨੂੰ ਰੋਕਦਾ ਕੋਈ ਨਹੀਂ ਆਪਾਂ ਨੂੰ ਪਤਾ ਕੀ ਹੁੰਦਾ ਆਪਾਂ ਕਹਿੰਦੇ ਯਾਰ ਖੁੱਲੀ ਛੁੱਟੀ ਮਿਲ ਗਈ ਲਿਆਓ ਜਾ ਕੇ ਸਬਜ਼ੀ ਖੁੱਲੀ ਛੁੱਟੀ ਮਿਲ ਗਈ ਜਾਓ ਆਪਾਂ ਮਤਲਬ ਜਿੱਥੇ ਮਰਜੀ ਜਾਵੜੋ ਆਪਾਂ ਰਸਤੇਆਂ ਤੋਂ ਫਿਰਦੇ ਨਾ ਆਪਾਂ ਕਿਹਨੇ ਪੁਲਿਸ ਵਾਲੇ ਕੀ ਕਰ ਜਾਣਗੇ ਆਪਾਂ ਨੂੰ ਹੁਣ ਰੋਪਨੋਂ ਹਟ ਗਏ ਡੰਡੇ ਵੱਜੋਂ ਹਟ ਗਏ ਜਾਂ ਹੋਰ ਕੁਝ ਹੋ ਗਿਆ ਗੁਰਮੁਖੋ ਹੀ ਆਪਣੇ ਫਾਇਦੇ ਵਾਸਤੇ ਕਰਦੇ ਆ ਪ੍ਰਸ਼ਾਸਨ ਵਿਚਾਰਾ ਮਤਲਬ ਦਿਨ ਰਾਤ ਲੱਗਿਆ ਪਿਆ ਨਾ ਡਾਕਟਰ ਲੱਗੇ ਪਏ ਨੇ ਪੁਲਿਸ ਵਾਲੇ ਲੱਗੇ ਪਏ ਆ ਵਿਚਾਰੇ ਆਪਣੀ ਰਾਤਾਂ ਦੀ ਨੀਂਦ ਹਰਾਮ ਕਰਕੇ ਆਪਣੇ ਵਾਸਤੇ ਲੱਗੇ ਪਏ ਨੇ ਵਿਚਾਰੇ ਆਪਾਂ ਨੂੰ ਬਚਾਉਣ ਦੇ ਲਈ ਨਹੀਂ ਇਹਨਾਂ ਨੂੰ ਕਿ ਲੋੜ ਪਈ ਧੱਕੇ ਖਾਨ ਦੀ ਸੜਕਾਂ ਤੇ ਰਾਤ ਨੂੰ ਨੀਂਦ ਦੇ ਰਹਿ ਰਹਿ ਕੇ ਮਤਲਬ ਵਿਚਾਰੇ ਇਹ ਲੋਕਾਂ ਦੀ ਸੇਵਾ ਕਰਨ ਲੱਗੇ ਨੇ ਤੁਸੀਂ ਇਹਨਾਂ ਦੇ ਦਿਮਾਗ ਤੇ ਬੋਝ ਬਣਿਆ ਪਿਆ ਸਾਰੇ ਮਤਲਬ ਜਿਹੜਾ ਸਮਾਜ ਦਾ ਕਿ ਬਣੇਗਾ ਕੀ ਆਪਾਂ ਇਹਨਾਂ ਦੀ ਹੈਲਪ ਕਰੋ ਉਲਟਾ ਮਤਲਬ ਜਿਹੜਾ ਆ ਚੱਕਰਾਂ ਚ ਪਾਉਣਾ ਨਾ ਮਤਲਬ ਇੱਥਾਂ ਆਏ ਨਹੀਂ ਆਏ ਨਹੀਂ ਆਏ ਨਹੀਂ ਦੇਖੋ ਇਨਸਾਨੀਅਤ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਕੋਈ ਦੁੱਖ ਤਕਲੀਫ ਆ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ ਕੋਈ ਲੋੜ ਆ ਤਾਂ ਆਪਾਂ ਮਤਲਬ ਪਾਸਪੋਰਟ ਬਣਾ ਕਰਕੇ ਆਪਣੇ ਕਿਲਈ ਵੀ ਪਿੰਡ ਦੇ ਨਗਰ ਸਮ ਪੰਚਾਇਤਾਂ ਤੋਂ ਜਾਂ ਮਤਲਬ ਜਿਹੜੇ ਹੈਗੇ ਨੇ ਐਸਐਸਓ ਸਾਹਿਬ ਤੋਂ ਮਤਲਬ ਫੋਨ ਕਰਕੇ ਉਹ ਪਾਸ ਵਗੈਰਾ ਬਣਵਾ ਕੇ ਆਪਾਂ ਜਾ ਸਕਦੇ ਜੇ ਆਪਾਂ ਨੂੰ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਹੈ ਕਿ ਕਿਸੇ ਪਾਸੇ ਪਰ ਜਿੰਨਾ ਹੋ ਸਕੇ ਵਿਚਾਰ ਰੱਖਣ ਦੀ ਲੋੜ ਹੈ ਬਿਨਾ ਮਤਲਬ ਤੋਂ ਪਰ ਕਰੋ ਬਾਹਰ ਨਿਕਲਦੀ ਆਪਾਂ ਨੂੰ ਕੋਈ ਬਹੁਤੀ ਲੋੜ ਨਹੀਂ ਹੈ ਆਪਣਾ ਵਿਚਾਰ ਜਿਹੜਾ ਹੈਗਾ ਮਤਲਬ ਆਪਦੇ ਹੱਥਾਂ ਬਚੋ ਜੀ ਨਾ ਹੋ ਸਕੇ ਠੀਕ ਹੈ ਇਹਨਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਦੋਸਤੋ ਜਿਹੜੀ ਆ ਨਿੱਕੇ ਨਿੱਕੇ ਗੱਲਾਂ ਨੇ ਨਾ ਇਹਨਾਂ ਦਾ ਜਰੂਰ ਖਿਆਲ ਰੱਖੋ ਮੇਰੇ ਵੀਰ ਕਿਉਂਕਿ ਮਤਲਬ ਮੈਨੂੰ ਲੱਗਦਾ ਵੀ ਜੇ ਆਪਾਂ ਮਤਲਬ ਇਹਨਾਂ ਗੱਲਾਂ ਦੀ ਗੌਰ ਨਾ ਨਾ ਕੀਤੀ ਤਾਂ ਬਾਜੀ ਆਪਣੇ ਹੱਥੋਂ ਵੀਤ ਜਾਨੀ ਆ ਹੋ ਸਕਦਾ ਵੀ ਆਪਣੇ ਇੱਕ ਬੰਦੇ ਦੇ ਪੀੜਤ ਹੋਣ ਦੇ ਨਾਲ ਸਾਰਾ ਪਰਿਵਾਰ ਵੀਤ ਤੋ ਜੇ ਵਿਚਾਰ ਰੱਖੋ ਮੇਰਾ ਵੀਰ ਇਹ ਗੱਲ ਜਿਹੜੀ ਹੈਗੀ ਆ ਮਤਲਬ ਮੈਂ ਕਈ ਦਿਨਾਂ ਤੋਂ ਰਿਸਰਚ ਕਰ ਰਿਹਾ ਮੈਨੂੰ ਡਰ ਲੱਗਦਾ ਮਤਲਬ ਵੀ ਕਿਤੇ ਅਣਹੋਣੀ ਨਾ ਹੋ ਜੇ ਤੁਹਾਡਾ ਮਤਲਬ ਵੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾ हां ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਮਤਲਬ ਵਾਦ ਤੋਂ ਬਾਦ ਦੋਸਤਾਂ ਮਿੱਤਰਾਂ ਪਰਿਵਾਰਾਂ ਦੇ ਵਿੱਚ ਮਤਲਬ ਜਿਹੜੀ ਹੈਗੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਪੇਜ ਦੀ ਕਰੋ ਤਾਂ ਜੋ ਹਰ ਬੰਦੇ ਨੂੰ ਮਤਲਬ ਹਰ ਜਿਹੜਾ ਹੈਗਾ ਵਿਅਕਤੀ ਉਹਨੂੰ ਪਤਾ ਲੱਗੇ ਵੀ ਇਹ ਜਿਹੜੀ ਕਿੱਥੋਂ ਕਿੱਥੋਂ ਮਤਲਬ ਅੱਗੇ ਵੱਧ ਸਕਦੀ ਹੈ ਨਾ ਕਿਨੇ ਕਿ ਕਾਰਨ ਹਰ ਇੱਕ ਬੰਦੇ ਨੂੰ ਨਹੀਂ ਪਤਾ ਤੇ